ਇਹਨੇ ਨੰਬਰ ਦਿੱਤੇ ਬੜੀ ਖੁਸ਼ੀ ਦੀ ਗੱਲ ਹੈ ਵੀ ਅੱਜ ਉਹ ਦੋ ਸਰਹੰਦਾਂ ਇੰਡੀਆ ਔਰ ਪਾਕਿਸਤਾਨ ਉਹਦੇ ਵਿੱਚ ਇੱਕ ਪਿਆਰ ਦਾ ਪ੍ਰਤੀਕ ਸੰਦੇਸ਼ ਜਿਹੜਾ ਸਾਂਝਾ ਸੰਦੇਸ਼ ਬੜੀ ਖੁਸ਼ੀ ਦੀ ਗੱਲ ਹੈ ਅੱਜ ਲੜਕਾ ਜਿਹੜਾ ਸਾਡੇ ਇੰਡੀਆ ਦਾ ਔਰ ਲੜਕੀ ਜਿਹੜੀ ਪਾਕਿਸਤਾਨ ਦੀ ਅੱਜ ਉਹਨਾਂ ਦੀ ਮੈਰਿਜ ਹੋ ਰਹੀ ਹੈ ਮੈਨੂੰ ਬੜੀ ਖੁਸ਼ੀ ਹੋਈ ਆ ਔਰ ਵੱਡੀ ਗੱਲ ਇਹ ਹੈ ਵੀ ਸਾਡੇ ਹਲਕੇ ਦੇ ਬਟਾਲੇ ਦੇ ਨੇ ਔਰ ਮੈਂ ਆਪ ਇਹਨਾਂ ਨੂੰ ਵਧਾਈ ਦੇਣ ਆਇਆ ਔਰ ਰਹੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਮੁਸ਼ਕਲਾਂ ਦੀ ਸੋ ਕਹਿਣ ਦਾ ਭਾਵ ਐਸੇ ਕੰਮਾਂ ਦੇ ਵਿੱਚ ਡਾਕੂਮੈਂਟ ਲਈ ਬੜੀ ਜ਼ਿਆਦਾ ਜ਼ਰੂਰੀ ਹੁੰਦੀ ਆ ਉਹਨੂੰ ਪ੍ਰੋਪਰਲੀ ਲੀਗਲੀ ਤਰੀਕੇ ਦੇ ਨਾਲ ਉਹਨੂੰ ਲੈਣਾ ਪੈਂਦਾ ਸੋ ਅੱਜ ਇੱਕ ਸਾਡੇ ਦੇਸ਼ ਦਾ ਸੰਦੇਸ਼ ਹੈ ਇੱਕ ਪਿਆਰ ਦਾ ਸੰਦੇਸ਼ ਹੈ ਵੀ ਅਸੀਂ ਭਾਈਚਾਰਾ ਵਸਾਉਣਾ ਇਹ ਮੈਨੂੰ ਤੁਹਾਡੇ ਕੋਲ ਪਤਾ ਲੱਗਾ ਵੀ ਜਿਹੜੇ ਪਰਿਵਾਰ ਨੂੰ ਉਹਨਾਂ ਦੇ ਬਾਕੀਆਂ ਨੂੰ ਵੀਜ਼ਾ ਨਹੀਂ ਮਿਲਿਆ ਹੋ ਸਕਦਾ ਕੋਈ ਨਾ ਕੋਈ ਜਾਂ ਡਾਕੂਮੈਂਟਰੀ ਕੋਈ ਕਮੀ ਪੇਸ਼ੀ ਹੋਵੇ ਬਟ ਕਹਿਣ ਦਾ ਭਾਵ ਜਿਹੜਾ ਐਸੇ ਦਿਨ ਹੁੰਦੇ ਨੇ ਐਸੇ ਖੁਸ਼ੀਆਂ ਦੇ ਪਲ ਹੁੰਦੇ ਨੇ ਜਿਹਦੇ ਪਰਿਵਾਰ ਨਾਲ ਸੋਹਣੇ ਲੱਗਦੇ ਆ ਜਦੋਂ ਪਰਿਵਾਰ ਨਾਲ ਹੋ ਗਏ ਤੇ ਨੈਚੁਰਲੀ ਇਹ ਪ੍ਰੋਗਰਾਮ ਜਿਹੜੇ ਨੇ ਹੋਰ ਚਾਰ ਚੱਪ ਲੱਗਦੇ ਨੇ ਸੋ ਜੇ ਨਹੀਂ ਲੱਗਾ ਵੀਜ਼ਾ ਤਾਂ ਵੀਜ਼ਾ ਮੈਂ ਚਾਹੁੰਦਾ ਵੀ ਵੀਜ਼ਾ ਮਿਲ ਜਾਣਾ ਚਾਹੀਦਾ ਸੀ ਇਸ ਨੂੰ